ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਮਾਂ ਹੋ ਗਿਆ ਲਾਈਵ ਕੀਤਿਆਂ ਨੂੰ, ਸਪੈਸ਼ਲੀ ਜਿਹੜੇ ਪੇ ਇਸ਼ੂ ਦੇ ਅਸੀਂ ਅੱਜ ਗੱਲ ਕਰਨੀ ਆ। ਮੇਰਾ ਖਿਆਲ ਪਿਛਲੀ ਵਾਰੀ 26 ਜਾਂ 27 ਤਰੀਕ ਨੂੰ ਇਹਨਾਂ ਇਸ਼ੂਆਂ 'ਤੇ ਗੱਲ ਕੀਤੀ ਸੀਗੀ ਜਨਵਰੀ ਨੂੰ, ਅਤੇ ਮੁੜ ਕੇ ਲਾਈਵ ਨਹੀਂ ਹੋ ਹੋਏ। ਅਤੇ ਪਿਛਲੇ 26 ਜਨਵਰੀ ਤੋਂ ਲਾ ਕੇ ਅੱਜ ਤੱਕ ਬਹੁਤ ਕੁਛ ਦੇਖਿਆ, ਬਹੁਤ ਤਰ੍ਹਾਂ ਦੇ ਖਿਆਲ ਦੇਖੇ, ਬਹੁਤ ਤਰ੍ਹਾਂ ਦੀ ਇੱਕ ਜ਼ਹਿਰ ਦੇਖੀ ਪ੍ਰੋਪਾਗੈਂਡਾ ਜਿਹੜਾ ਭਾਈ IT ਸੈੱਲ ਵਾਲੇ ਨੇ ਸ਼ੁਰੂ ਕੀਤਾ ਆ। ਕੰਫਿਊਜ਼ਨ ਬਹੁਤ ਹੀ ਸੰਗਤ ਦੇ ਵਿੱਚ ਪਾਇਆ ਗਿਆ, ਮੁੜ ਕੇ ਫਿਰ ਲੋਕਾਂ ਦੇ ਮਨ ਵਿੱਚ ਸ਼ੱਕ ਪਾ ਰਹੇ ਆ ਜਿਹੜੇ ਵੀ ਸਾਡੇ ਦੁਸ਼ ਬਣੇ ਆ, ਵੀ ਕਿਹਨੂੰ ਸਪੋਰਟ ਕਰੋ ਕਿਹਨੂੰ ਨਾ ਸਪੋਰਟ ਕਰੋ। ਜਿਹੜੀ ਸਾਡੀ ਘਰੇਲੂ ਘਰ ਦੀ ਗੱਲ ਆ ਉਹਦੇ ਵਿੱਚ ਬਾਹਰ ਲਿਆ ਕੇ ਜ਼ਹਿਰ ਪਾ ਰਹੇ ਆ। ਰਵੀ ਸਿੰਘ ਦੇ ਅਤੇ ਖਾਲਸਾ ਦੇ ਖਿਲਾਫ ਵੱਡੀਆਂ ਕੈਂਪੇਨਾਂ ਫਿਰ ਸ਼ੁਰੂ ਹੋਈਆਂ ਆ ਬਾਹਰੋਂ ਵੀ, ਜਿਹੜੇ ਸਾਡੇ ਦੁਸ਼ਮਣ ਅੰਦਰੋਂ ਵੀ, ਅਤੇ ਪੱਗਾਂ ਬੰਨ੍ਹ ਕੇ RSS ਵਾਲੇ ਜਿਹੜੇ ਮੈਂਬਰ ਉਹਨਾਂ ਦੇ ਵੀ। ਸੋ ਹਰ ਇੱਕ ਤਰ੍ਹਾਂ ਦੇ ਅਟੈਕ, ਹਰ ਇੱਕ ਤਰ੍ਹਾਂ ਦੇ ਹਮਲੇ ਹੋ ਰਹੇ ਆ ਪੰਥ ਉੱਪਰ, ਇੰਡੀਵਿਜੁਅਲ ਲੋਕਾਂ ਉੱਪਰ, ਲੀਡਰਾਂ ਉੱਪਰ, ਸੇਵਾਦਾਰਾਂ ਉੱਪਰ। ਸੋ ਇੱਕ ਤਰ੍ਹਾਂ ਇੱਕ ਮਾਹੌਲ ਜਿਹਾ ਬਣ ਗਿਆ ਜਿਹੜਾ ਭਈ ਸਾਰੇ ਉੱਪਰ ਸ਼ੱਕ ਪਾਓ, ਪਰਿਵਾਰ ਇੱਕ ਦੂਜੇ ਨਾਲ ਲੜ ਰਹੇ ਆ, ਦੋਸਤ ਇੱਕ ਦੂਜੇ ਨਾਲ ਲੜ ਰਹੇ ਆ, ਡਿਬੇਟ ਹੋ ਰਿਹਾ ਆ। ਪਰ ਇਹਦੇ ਵਿੱਚ ਸਾਡਾ ਇਹ ਹਰ ਵਾਰੀ ਮੈਸੇਜ ਹੁੰਦਾ, ਸਾਡੇ ਜਿੰਨੇ ਮਰਜ਼ੀ ਸਾਡੇ ਇੱਕ ਦੂਜੇ ਨਾਲ ਕਹਿ ਲਓ ਭਈ ਫਰਕ ਪਵੇ ਸਾਡੇ ਖਿਆਲਾਂ ਦਾ, ਅਤੇ ਇਹਦਾ ਮਤਲਬ ਇਹ ਨਹੀਂ ਭਈ ਜਿਹੜਾ ਕਿਸਾਨ ਦਾ ਮੋਰਚਾ ਆ, ਜਿਹੜਾ ਇਸ ਵੇਲੇ ਸੰਘਰਸ਼ ਆ, ਅੰਦੋਲਨ ਆ, ਉਹਨੂੰ ਸਪੋਰਟ ਨਹੀਂ ਕਰਨਾ। ਸੋ ਪਹਿਲਾਂ ਤਾਂ ਮੇਰੀ ਇਹ ਬੇਨਤੀ ਆ, ਜੇ ਤੁਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਵਿੱਚ ਜਾਂ ਦਿੱਲੀ ਹਰਿਆਣਾ ਜਿੱਥੇ ਵੀ ਆ, ਟਰਾਲੀਆਂ ਭਰ ਭਰ ਕੇ ਜ਼ਰੂਰ ਸਪੋਰਟ ਕਰੋ ਅੰਦੋਲਨ ਨੂੰ, ਕਿਉਂਕਿ ਪੋਲੀਟੀਕਲ ਜਿਹੜੇ ਡਿਫਰੈਂਸ ਹੁੰਦੇ ਆ ਜਾਂ ਲੀਡਰਸ਼ਿਪ ਡਿਫਰੈਂਸ ਹੁੰਦੇ ਆ ਜਾਂ ਖਿਆਲ ਹੁੰਦੇ, ਉਹ ਤਾਂ ਹਰ ਵਾਰੀ ਵੱਖਰੇ ਵੱਖਰੇ ਹੁੰਦੇ। ਕਈ ਵਾਰੀ ਇਹਦਾ ਮੈਂ ਸਾਰਿਆਂ ਨਾਲ ਸਹਿਮਤ ਹੋਈਦਾ, ਪਰ ਜਿਹੜਾ ਇੱਕ ਅੰਦੋਲਨ ਆ ਉਹ ਪਿੱਛੇ ਨਾ ਹਟ ਜਾਵੇ। ਸੋ ਅੱਜ ਜਿਹੜੀਆਂ ਅਸੀਂ ਗੱਲਾਂ ਕਰਨੀਆਂ, ਸਵੇਰੇ ਮੇਰੀ ਗੱਲ ਹੋਈ ਸੀਗੀ ਲਾਈਵ ਸੁਖਪਾਲ ਸਿੰਘ ਖਹਿਰੇ ਹੋਣਾਂ ਨਾਲ, ਨਾਲ ਸੀਗੇ ਜਸਟਿਸ ਰਾਜਵਿੰਦਰ ਸਿੰਘ ਹੁਣੀ, ਬੈਂਸ ਵੀ ਸੀਗੇ ਅਤੇ ਭਾਈ ਮਨਵਿੰਦਰ ਸਿੰਘ ਵੀ ਸੀ। ਇਹਦੇ ਵਿੱਚ ਡਿਸਕਸ਼ਨ ਕੀਤੀ ਗਈ ਆ ਵੀ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਜਿਹੜੇ ਮਿਸਿੰਗ ਆ 26 ਜਨਵਰੀ ਤੋਂ, ਜਿਹੜੇ ਮਗਰੋਂ ਅਰੈਸਟ ਕੀਤੇ ਗਏ ਆ, ਜਿਹਨਾਂ ਉੱਪਰ ਸਮਨਸ ਆਇਆ, ਵਾਰੰਟ ਆਏ ਆ, ਜਿਹਨਾਂ ਨੂੰ ਪੁਲਿਸ ਨੇ ਫੜਿਆ ਆ, ਜਿਹੜੇ ਭਾਈ ਪਤਾ ਨਹੀਂ ਗਾ ਵੀ ਕਿੱਥੇ ਗਏ, 10-15 ਜਿਹੜੇ ਭਾਈ ਆਪਣੇ ਬਜ਼ੁਰਗ ਵੀ ਵਿੱਚ ਹੈਗੇ, ਨੌਜਵਾਨ ਹੈਗੇ ਜਿਹੜਾ ਮਿਸਿੰਗ ਆ। ਅਤੇ ਉਹ ਤੁਸੀਂ ਦੇਖਿਓ ਜ਼ਰੂਰ ਸੁਖਪਾਲ ਸਿੰਘ ਖਹਿਰਾ ਜਿਹੜਾ ਭਾਈ ਪੇਜ ਉਹਨਾਂ ਦਾ, ਉਹਦੇ ਵਿੱਚ ਜਿਹੜੀ ਡਿਬੇਟ ਹੋਈ ਸੀਗੀ। ਸੋ ਅੱਜ ਅਸੀਂ 2-3 ਚੀਜ਼ਾਂ ਦੇ ਵਿੱਚ ਖਿਆਲ ਕਰਨਾ। ਇੱਕ ਹੈਗਾ ਆ ਭਈ 26 ਜਨਵਰੀ ਤੋਂ ਮਗਰੋਂ ਜਿਹੜੇ ਭਈ ਮੁੰਡੇ ਚੱਕ ਚੱਕ ਕੇ, ਨੌਜਵਾਨ ਅਤੇ ਕੁੜੀਆਂ ਚੱਕ ਚੱਕ ਕੇ ਜੇਲ੍ਹ 'ਚ ਵਾੜ ਦਿੱਤੀਆਂ, ਜਿਹਨਾਂ ਉੱਪਰ ਕੇਸ ਕੀਤੇ ਗਏ, ਜਿਹੜਾ ਮੁੰਡਾ ਨੌਜਵਾਨ ਨਵਰੀਤ ਸਿੰਘ ਸ਼ਹੀਦ ਕੀਤਾ ਗਿਆ, ਜਿਹਨੂੰ ਬਹੁਤ ਹੀ ਪ੍ਰੋਪਾਗੈਂਡਾ ਕੀਤਾ ਗਿਆ ਵੀ ਉਹਦਾ ਟਰੈਕਟਰ ਦਾ ਐਕਸੀਡੈਂਟ ਹੋਇਆ ਸੀਗਾ, ਉਹਦੇ ਗੋਲੀ ਲੱਗੀ, ਅਤੇ ਉਹਦੇ ਵਿੱਚ ਹੁਣ ਪੋਸਟਮਾਰਟਮ ਆ ਗਿਆ, ਅਤੇ ਇੰਡੀਪੈਂਡੈਂਟ ਪੋਸਟਮਾਰਟਮ, ਅਤੇ ਰਿਪੋਰਟਰ ਵੀ, ਜਰਨਲਿਸਟ ਜਿਹੜੇ ਸਿੱਖ ਵੀ ਨਹੀਂ ਗਏ, ਉਹਨੇ ਇਨਵੈਸਟੀਗੇਸ਼ਨ ਕੀਤਾ, ਉਹ ਮੁੰਡੇ ਨਵਰੀਤ ਸਿੰਘ ਦੇ ਗੋਲੀ ਲੱਗੀ ਆ, ਉਹਨੂੰ ਗੋਲੀ ਨਾਲ ਮਾਰਿਆ ਗਿਆ, ਉਹਦਾ ਖੂਨ ਕੀਤਾ ਗਿਆ, ਉਹਨੂੰ ਮਰਡਰ ਕੀਤਾ ਗਿਆ। ਸੋ ਜਿਹੜੇ ਭਾਈ ਐਡਵੋਕੇਟ ਬੈਂਸ ਹੋਣੀ ਆ ਰਾਜਵਿੰਦਰ ਸਿੰਘ ਵੈਣਾ ਦੀ, ਕਾਫੀ ਸਮਝਦਾਰ ਆ, ਅਤੇ ਇੱਕ ਉਹਨਾਂ ਨੇ ਸਲਾਹ ਦਿੱਤੀ ਜਿਹੜੀ ਭਾਈ ਬਹੁਤ ਵਧੀਆ ਸਲਾਹ ਆ, ਅਤੇ ਉਹਦੇ ਨਾਲ ਮੈਂ ਇੱਕ ਹੋਰ ਵੀ ਚੀਜ਼ ਐਡ ਕਰੂੰਗਾ ਆਪਣੇ ਵੱਲੋਂ। ਇੱਕ ਜਿਹੜੀ ਸਲਾਹ ਆ ਭਾਈ ਰਿਸਪੈਕਟਬਲ, ਜਿਹੜੀ ਭਾਈ ਜੱਜ ਹੋਵੇ, ਜਿਹਦੀ ਰਿਸਪੈਕਟ ਬਹੁਤ ਆ, ਜਿਹੜਾ ਜੱਜ ਇੰਡੀਪੈਂਡੈਂਟ ਹੋਵੇ, ਰਿਟਾਇਰਡ, ਉਹਨਾਂ 2-3 ਵਕੀਲ ਰੱਖ ਕੇ ਅੰਦੋਲਨ ਦੇ ਵਿੱਚ ਨਾਲ ਨਾਲ ਇੱਕ ਉਹਨਾਂ ਦਾ ਇੱਕ ਆਫਿਸ ਹੋਣਾ ਚਾਹੀਦਾ, ਜਿੱਥੇ ਜਿਹੜੇ ਭਾਈ ਆਈ ਵਿਟਨੈਸ ਆ, ਜਿਨ੍ਹਾਂ ਨੇ 26 ਜਨਵਰੀ ਮਗਰੋਂ ਜਾਂ 26 ਜਨਵਰੀ ਜੋ ਹੋਇਆ,
ਕਿੱਥੇ ਹੋਇਆ, ਲਾਲ ਕਿਲੇ ਹੋਇਆ, ਲਾਗੇ ਹੋਇਆ, ਰਾਸਤੇ 'ਚ ਹੋਇਆ, ਜਿਹੜੇ ਵਿਟਨੈਸ ਆ, ਜਿਹੜੇ ਭਈ ਜਿਹਨਾਂ ਨੂੰ ਉਹ ਬਿਆਨ ਦੇ ਸਕਦੇ, ਜੋ ਨਹੀਂ ਦੇਖਿਆ ਉਹਨੂੰ ਰਿਕੋਰਡਿੰਗ ਕਰਨੀ, ਉਹਨਾਂ ਦੀ ਉਹਦੀ ਇਨਫੋਰਮੇਸ਼ਨ ਲਿਖਣੀ ਭਈ ਤੁਸੀਂ ਉੱਥੇ ਸੀ ਉਸ ਵੇਲੇ, ਭਈ ਤੁਸੀਂ ਦੇਖਿਆ। ਕਈ ਵਾਰੀ ਸਾਨੂੰ ਆਪ ਨਹੀਂ ਸਮਝ ਆਉਂਦੀ ਕਿ ਇੱਦਾਂ ਦੇ ਜਦੋਂ ਵੱਡੇ ਅੰਦੋਲਨ ਜਾਂ ਪ੍ਰੋਟੈਸਟ 'ਤੇ ਜਾਈਦਾ, ਜਦੋਂ ਇੱਦਾਂ ਗੱਲ ਵੱਧ ਜਾਂਦੀ ਆ, ਬਹੁਤ ਚੀਜ਼ਾਂ ਦਿਸਦੀਆਂ। ਪਰ ਜਿਹੜੇ ਬੰਦੇ ਇਹਨਾਂ ਦੇ ਵਿੱਚ ਐਕਸਪਰਟ ਹੁੰਦੇ ਆ, ਜਿਹੜੇ ਕਾਨੂੰਨੀ ਤੌਰ 'ਤੇ ਜਿਹੜੇ ਭਈ ਪਤਾ ਭਈ ਕਿੱਦਾਂ ਖੋਜ ਕਰਨੀ ਆ, ਉਹ ਫਿਰ ਆਈ ਵਿਟਨੈਸ ਜਿਹੜੇ ਭਈ ਜਿਹਨਾਂ ਨੇ ਆਪਣੀ ਅੱਖੀਂ ਦੇਖਿਆ, ਜਿਹਨਾਂ ਨੇ ਜੋ ਹੋਇਆ, ਕਿਸੇ ਨੇ ਸ਼ਾਇਦ ਕੋਈ ਪੱਥਰ ਮਾਰਿਆ ਜਾਂ ਪੁਲਿਸ ਵਾਲੇ ਨੇ ਰਫਲ ਚੱਕੀ ਕਿਸੇ ਮੂਹਰੇ, ਰਫਲ ਦੇ ਨਾਲ ਜਿੱਦਾਂ ਵੀ ਕਹਿ ਲਓ ਧਮਕੀਆਂ ਦਿੱਤੀਆਂ, ਜਾਂ ਕਹਿ ਲਓ ਕਿਸੇ ਨੂੰ ਕੁੱਟ ਕਟਾਪਾ ਇੱਕ ਪਾਸਿਓਂ ਜਾਂ ਦੂਜੇ ਪਾਸੇ ਹੋ ਰਿਹਾ, ਕਿਸੇ ਨੇ ਡਾਂਗ ਚੱਕੀ, ਕਿਸੇ ਨੇ ਗਾਲਾਂ ਕੱਢੀਆਂ, ਕਿਸੇ ਨੇ ਜਾਂ ਮਾੜਾ ਬੋਲਿਆ, ਉਹ ਹਰ ਇੱਕ ਚੀਜ਼ ਰਿਕੋਰਡਿੰਗ ਕਰਨੀ ਚਾਹੁੰਦੇ। ਜਿੱਦਾਂ ਹੁਣ ਨਵਰੀਤ ਸਿੰਘ ਆ, ਉਹਦੇ ਗੋਲੀ ਲੱਗੀ ਆ, ਜਸਟਿਸ ਰਾਜਵਿੰਦਰ ਸਿੰਘ ਬੈਂਸ ਹੁਣ ਨੇ ਕਹਿਤਾ, ਜਿਹੜੇ ਐਕਸਪਰਟ ਆ, ਐਕਸਪਰਟ ਨੇ ਕਹਿਤਾ ਗੋਲੀ ਮੂਹਰੇ ਚੱਲੀ ਜਿੱਥੇ ਬੈਰੀਕੇਡ ਲੱਗੇ ਹੋ ਆ, ਔਰ ਗੋਲੀ ਵੀ ਹੈਗੀ ਆ ਵੱਡੀ ਰਫਲ ਦੀ, ਕੋਈ ਛੋਟੀ ਪਿਸਤੌਲ ਦੀ ਨੀਗੀ, ਭਈ ਛੋਟੀ ਪਿਸਤੌਲ ਹੀ ਨਹੀਂ, ਕੋਈ ਜਿਹੜਾ ਭਈ ਕਿਸਾਨ ਅੰਦੋਲਨ ਜਾ ਕੇ ਨਿੱਕੀ ਜਿਹੀ ਕੋਈ ਪਿਸਤੌਲ ਲੁਕੋ ਕੇ ਗੋਲੀ ਮਾਰੀ, ਉਹ ਕਹਿੰਦੇ ਗੋਲੀ ਆਈ ਆ ਵੱਡੀ ਰਫਲ ਤੋਂ, ਉਹ ਹੋ ਸਕਦੀ ਪੁਲਿਸ ਤੋਂ, ਭਈ ਮੋਹਰਿਓਂ ਜਿੱਥੋਂ ਮੋਹਰਿਓਂ ਲੱਗੀ ਉਹਦੀ ਗੋਲੀ ਜਿੱਥੇ ਬੈਰੀਕੇਡ ਆ। ਸੋ ਕਈ ਵਾਰੀ ਤੁਸੀਂ ਸਾਡਾ ਧਿਆਨ ਨਹੀਂ ਹੁੰਦਾ ਅਸੀਂ ਕੀ ਦੇਖਦੇ ਹਾਂ ਛੇਤੀ ਛੇਤੀ, ਪਰ ਜਿਹੜੇ ਭਈ ਇੱਦਾਂ ਦੇ ਬੰਦੇ ਹੁੰਦੇ ਜਿਹੜੇ ਭਈ ਕਾਨੂੰਨੀ ਤੌਰ 'ਤੇ ਐਕਸਪਰਟ ਹੁੰਦੇ, ਉਹ ਤੁਹਾਡੇ ਵਿੱਚੋਂ ਖੋਜ ਕਰਕੇ ਕੱਢ ਸਕਦੇ। ਸੋ ਸਾਨੂੰ ਬਹੁਤ ਲੋੜ ਆ ਭਈ ਰਿਟਾਇਰਡ ਇੰਡੀਪੈਂਡੈਂਟ ਹੋਵੇ, ਜਿਹੜਾ ਭਈ ਕਿਸੇ ਦੇ ਕੰਟਰੋਲ ਨਾ ਹੋਵੇ, ਕੋਈ ਪਾਰਟੀ ਵਾਈਜ਼ ਦਾ ਜੱਜ ਨਾ ਹੋਵੇ, ਉਹ ਜੱਜ ਜਾ ਕੇ ਦੋ ਤਿੰਨ ਵਕੀਲ ਹੋਣ। ਸਾਡੀ ਇਹੀ ਬੇਨਤੀ ਆ ਜਿਹੜੇ ਕਿਸਾਨ ਦੇ ਜਿਹੜੇ ਲੀਡਰਸ਼ਿਪ ਆ, ਯੂਨੀਅਨ ਲੀਡਰਸ਼ਿਪ ਆ ਅੰਦੋਲਨ ਦੇ, ਕਿਉਂਕਿ ਮੈਂ ਕੋਸ਼ਿਸ਼ ਕੀਤੀ ਬਹੁਤ ਗੱਲ ਕਰਨ ਦੀ, ਪਰ ਗੱਲ ਉਹਨਾਂ ਨਾਲ ਹੋ ਨਹੀਂ ਰਹੀ। ਅਤੇ ਭਾਈ ਜਗਿੰਦਰ ਸਿੰਘ ਉਗਰਾਜ ਨਾਲ ਮੇਰੀ ਗੱਲ ਹੋਈ ਸੀਗੀ ਡੇਢ ਕੁ ਮਹੀਨਾ ਪਹਿਲਾਂ, ਅਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ, ਉਹਨੀ ਟਾਈਮ ਕੱਢ ਕੇ ਗੱਲ ਕੀਤੀ ਸਾਡੇ ਨਾਲ। ਅਸੀਂ ਚਾਹੁੰਦੇ ਵੀ ਜਿਹੜੇ ਕਿਸਾਨ ਲੀਡਰਸ਼ਿਪ ਆ, ਇਹ ਜਿਹੜੀ ਸਲਾਹ ਲੈਣ ਜ਼ਰੂਰ ਜਸਟਿਸ ਬੈਂਸ ਤੋਂ, ਸੋਰੀ ਐਡਵੋਕੇਟ ਬੈਂਸ ਤੋਂ, ਭਈ ਇੱਕ ਇੰਡੀਪੈਂਡੈਂਟ ਜੱਜ ਨਾਲ ਵਕੀਲ, ਅਤੇ ਉਹ ਇੰਡੀਪੈਂਡੈਂਟ ਇਨਕੁਆਇਰੀ ਖੋਲ੍ਹਣ ਭਈ ਜੋ 26 ਜਨਵਰੀ ਨੂੰ ਹੋਇਆ। ਹੁਣ ਕਈ ਗੱਲਾਂ ਹੁੰਦੀਆਂ ਭਈ ਇੰਡੀਪੈਂਡੈਂਟ ਇਨਕੁਆਇਰੀ ਨਹੀਂ ਆਉਂਦੀ, ਕਿਉਂਕਿ ਉਹ ਕਹਿੰਦੇ ਸ਼ਾਇਦ ਵੀ ਸਾਡਾ ਵੀ ਵਿੱਚ ਕੁਛ ਰੋਲ ਆ ਜਾਵੇ, ਅਸੀਂ ਕੀ ਕੀਤਾ, ਸਾਡੀਆਂ ਗਲਤੀਆਂ ਨਿਕਲਣ। ਕਈ ਵਾਰੀ ਇਹ ਵੀ ਵਿੱਚ ਆ ਜਾਂਦਾ, ਅਸੀਂ ਇਹਦੇ ਵਿੱਚ ਇਹ ਨਹੀਂ ਲੱਭਦੇ ਭਈ ਕਿਹੜੀ ਗਲਤੀ ਆ ਕਿਹੜੀ ਨਹੀਂ ਗਲਤੀ, ਕਿਉਂਕਿ ਜਿਹੜਾ ਇੱਕ ਕਮਿਸ਼ਨ ਹੁੰਦਾ ਹੈ, ਇੰਡੀਪੈਂਡੈਂਟ ਕਹਿ ਲਓ ਕਮਿਸ਼ਨ ਕਹਿ ਲਓ, ਭਈ ਆਈ ਵਿਟਨੈਸ ਰਿਕੋਰਡਿੰਗ ਸਟੇਟਮੈਂਟ ਹੁੰਦੀ ਆ, ਉਹਦੇ ਵਿੱਚ ਇਹ ਨਹੀਂ ਹੁੰਦਾ ਕਿਹੜੀ ਗਲਤੀ ਕਿਹੜੀ ਗਲਤੀ ਨੀਗੀ, ਉਹਨੇ ਬਸ ਰਿਕੋਰਡ ਹੀ ਕਰਨਾ, ਰੈਕੋਰਡ ਰੱਖਣਾ ਭਈ ਤੁਸੀਂ ਕੀ ਦੇਖਿਆ, ਤੁਸੀਂ ਉੱਥੇ ਸੀਗੇ, ਭਈ ਸਾਰੀ ਚੀਜ਼ ਦਾ ਇੱਕ ਰੈਕੋਰਡ ਬਣ ਜਾਵੇ। ਹੁਣ ਮੈਂ ਤੁਹਾਨੂੰ ਇੱਕ ਆਈਡੀਆ ਦਿੰਦਾ, ਜੋ ਪਹਿਲਾਂ ਹੁਣ 84 ਦੀ ਗੱਲ ਕਰ ਲਓ, 1984 ਮਗਰੋਂ ਸਾਡੇ ਮੁੰਡੇ ਚੱਕੇ ਗਏ, ਸਾਡੇ ਡਿਸਅਪੀਅਰੈਂਸ ਹੋਈਆਂ, ਝੂਠੇ ਮੁਕਾਬਲੇ ਕੀਤੇ ਗਏ, ਤਸ਼ੱਦਦ ਕੀਤੇ ਗਏ, ਨੌਜਵਾਨ ਵਾਪਸ ਨਹੀਂ ਕਰ ਆਏ, ਲਾਪਤਾ ਹੋ ਗਏ। ਪਰ ਉਹ ਜਦੋਂ ਅਸੀਂ ਦੇਖਦੇ ਭਈ ਕੋਈ ਰਿਕੋਰਡਿੰਗ ਕਰਨੀ ਹੋਵੇ ਇਨਫੋਰਮੇਸ਼ਨ, ਸਾਡੀ ਇਨਫੋਰਮੇਸ਼ਨ ਬਹੁਤ ਘੱਟ ਮਿਲਦੀ ਆ, ਕਿਉਂਕਿ ਜਿਹੜੇ ਭਈ ਬਹੁਤ ਸਾਲ ਹੋ ਗਏ, 35 ਸਾਲ ਹੋ ਗਏ, 30 ਸਾਲ ਹੋ ਗਏ, 25 ਸਾਲ ਹੋ ਗਏ, ਉਹ ਸਟੇਟਮੈਂਟਾਂ ਦੇਣ ਨੂੰ ਬਹੁਤ ਔਖਾ ਹੋ ਜਾਂਦਾ। ਅਤੇ ਹੁਣ ਇਸ ਵੇਲੇ ਤਾਜ਼ਾ ਸਾਰਾ ਕੁਛ ਹੋਇਆ, ਅਤੇ ਉੱਥੇ ਵਿਟਨੈਸ ਹੈਗੇ ਆ ਜਿਹੜੇ ਭਈ ਜਿਹਨੇ ਦੇਖਿਆ, ਗਵਾਹ ਹੈਗੇ ਆ ਭਈ ਗਵਾਹੀ ਦਊਗਾ ਕਿ ਉਹਨੇ ਕੀ ਦੇਖਿਆ, ਉਹ ਸਾਰਾ ਰਿਕੋਰਡ ਕਰ ਸਕਦੇ ਆ। ਉਹ ਜਦੋਂ ਗਵਾਹੀਆਂ ਆਉਂਦੀਆਂ ਸਾਰੇ ਪਾਸਿਓਂ ਭਈ ਅਸੀਂ ਆਹ ਦੇਖਿਆ ਅਤੇ ਅਸੀਂ ਉਸ ਵੇਲੇ ਇੱਥੇ ਸੀਗੇ, ਉਹ ਫਿਰ ਇੱਕ ਸਟੋਰੀ ਬਣ ਜਾਂਦੀ ਆ। ਜੇ 100 ਬੰਦਾ ਕਹਿੰਦਾ ਮੈਂ ਇੱਥੇ ਸੀਗਾ, ਮੈਂ ABC 'ਤੇ ਸੀਗਾ ਜਾਂ ਮੈਂ ਦੂਜੇ ਜਗ੍ਹਾ 'ਤੇ ਸੀਗਾ, ਅਸੀਂ ਆਹ ਕਰਦੇ ਸੀਗੇ, ਉਹ ਸਾਰੇ ਸੇਮ ਹੀ ਕਹਿਣ ਲੱਗ ਪਏ, ਸਾਰੇ ਤਰ੍ਹਾਂ ਦੀ ਇੱਕ ਕਹਾਣੀ ਬਣ ਜਾਂਦੀ ਆ, ਕੌਣ ਕਿੱਥੇ ਸੀਗਾ, ਕਿੰਨੇ ਵਜੇ ਸੀਗੇ, ਅਤੇ ਉਹਦੇ ਨਾਲ ਫਿਰ ਇੱਕ ਕਹਾਣੀ ਕਾਨੂੰਨੀ ਤੌਰ 'ਤੇ ਕਹਾਣੀ ਬਣ ਕੇ ਫਿਰ ਬਹੁਤ ਹੀ ਜਵਾਬ ਮਿਲ ਜਾਂਦੇ ਆ। ਅਤੇ ਇਹਦੇ ਵਿੱਚ ਜੋ ਅਸੀਂ 84 ਤੋਂ ਹੁਣ ਸਿੱਖਿਆ ਆ, ਭਈ ਅਸੀਂ ਹਰ ਚੀਜ਼ ਦਾ ਰੈਕੋਰਡ ਰੱਖੀਏ, ਹਰ ਚੀਜ਼ ਦੀਆਂ ਗਵਾਹੀਆਂ ਜਿੱਥੇ ਆ ਗਵਾਹ ਹੋਣ ਉਹਨਾਂ ਦੀ ਇਨਫੋਰਮੇਸ਼ਨ ਲਿਖੀਏ। ਸੋ ਇਹਦੇ ਨਾਲ ਮੈਂ ਬਹੁਤ ਸਹਿਮਤ ਹਾਂ। ਇਹਨਾਂ ਨੇ ਹੋਰ ਵੀ ਗੱਲ ਕੀਤੀ ਸੀਗੀ ਕਿ ਇੱਕ ਇੰਡੀਪੈਂਡੈਂਟ ਫੰਡ, ਸੈਂਟਰਲ ਫੰਡ ਕੀਤਾ ਜਾਵੇ। ਜਿਹੜੇ ਐਡਵੋਕੇਟ ਬੈਂਸ ਹੋਣਾਂ ਨੇ ਗੱਲ ਕੀਤੀ ਸੀਗੀ ਭਈ ਜਿਹੜੇ ਭਈ ਲੋਕਾਂ ਦੇ ਟਰੈਕਟਰ
डैमेज किए गए, मोटरसाइकिल ट्रैक्टर या होर भी मशीनरी उन्होंने या कारा कूर खराब की गई डैमेज की गई उन्होंने भी मद उन्हें मदद करनी चाहिए आ। सो मुड़ के फिर गल इतें आ जाती है, इतने लोगों ने पिछले ग्रुपा ने जथेबंदियों ने बहुत पैसा इकट्ठा किया, मीडिया ने साडे यूके ने बाहर भी पैसा बहुत इकट्ठा किया अंदोलन लई, ते ओह लगूगा कित्थे, क्योंकि मजोरिटी जो ज़्यादा तो खाना पीना तो समान संगत दे रही है, असी तो अपील नहीं की। तो जो लखा तो लख डॉलर तो पौन कट्ठे किए वह भी हिसाब तुम मंगना। सो इदा का फंड होना चाहिए एक सेंट्रल जो कोई वो पांच छे इंडिपेंडेंट बंदे हो जो पढ़े लिखे जे सारे रिस्पैक्ट करते हैं, तो वह फंड के जिन लोगों के ट्रैक्टर खराब हुए, ट्रैक्टर पुलिस ने खराब डैमेज किए, जे भांग तोड़ की उनकी मदद किदा करनी, बिल्कुल मैं उन्होंने भी सहमत हाँ, क्यों पर भी बच के रहना पैना, लोगों ने पैसे बहुत कट्ठे करने, पर एक एक लीडरशिप सू दिखालनी चाहिए आ। लीडरशिप यह मतलब नहीं है भी मैं लीडर हाँ तो मैं ही करूँगा सारा पैसा कट्ठा करता कट्ठा साढ़े, नहीं नहीं, लीडरशिप का मतलब हों बेस्ट लोग बेस्ट जोड़े बंदे आ बीबिया जी साडे कौम के पंजाब के जिन्हों कोई लालच नहीं चीज़ का कट्ठे करके चार पाँच जने एक कमेटी बनाओ जो भी सेंट्रल फंड हो कंट्रोल कर भाई जो ट्रैक्टर खराब हो गया कार खराब भांग तोड़ की पुलिस ने वो मदद किदा करनी। तो दूजी गल आती है जेड़े भी तुम ये मैसेज मेरा जो अगला आ जो मैसेज आ रहा ना बहुत जरूरी आ, तुम ये मैसेज सारियां शेयर करो। जदों तुम 26 तरीक न लाल किले वाल गए जिते अंदोलन पर सी जिथे मर्जी सी तुसी फोटो खिंचिया उत्थे तुसी वीडियो बनाए जे अपने फोन पर तुसी बनाए आ सानू जे ना भी लोगों के शेयर करिए जे तुसी उस वेले जिदा मर्जी होन टुटे फुटे होन जा कोई दिसदा भी ना हो कोई चजदा तुहाडे वल्लों कोई लगे पई नहीं इहदा कोई फायदा नहीं है मैं डिलीट करना, कोई डिलीट ना करो चीज़ और जिहड़ी तुसी वीडियो बनाया जरूर संभाल के रखो, वह भी एक इतिहासिक तौर पर गवाह आ भाई की होया उस वेले। सो मेरी यही बेनती है मैं अगले दो तीन दिन के अज मैं बेनती करके जे साडा कोई सेंट्रल नंबर हैगा आ मोबाइल फोन यूके का होवे इंडिया का होवे इत्थे का होवे जिथे मर्जी कोई ऑर्गनाइजेशन कोई जथेबंदी जिहड़ी ये चीज़ा मैनू आप यकीन होगा वो उपर भाई वह संभाल के रखूगी लीगल कानूनी तौर पर वह नंबर असी एक तुहानू देवांगे, वह नंबर ते तुसी व्हाट्सएप करना वीडियोज़ फोटोआं ते वीडियो जिदा के मर्जी होण। कई बार तुसी देखदे भाई मैं वीडियो बनाया वह तो बस दो तीन कारां आईआं जां थोड़ा बिच ही आया कोई फर्क नहीं पैंदा, क्योंकि ये फिर सारी चीज़ का हौली हौली बचा के एक वह भी कहानी बन जाती है। कई बार सानू चीज़ नहीं दिसदी जिहड़ी भाई पुलिस नूं जां इनवैसटीगेशन नूं इनवैसटीगेटर नूं जां कोई जज नूं जां कोई वकील नूं दिसदी आ उह वीडियो ते किसी की जान बचदी आ किसी दे किसी का कोई गवाह बनती कोई चीज़ पई उन्हें गोली चलाई इन्ने गोली चलाई आ गोली किधरों आई आ जां लाठीचार्ज किया गया कितों किया गया जां पुलिस ने कित्थे हमला किया जां रिकॉर्ड जां पई कह लो पई उस वेले उस सां दे उपर की होया फिर तुहाडे को एक वीडियो होगा किसी दूजे को होर वीडियो होगा तीजे बंदे कोई होर वीडियो होगा वह तीन चार पाँच वीडियो बना के एक एरिए एक कहानी बन जाती है। सो तुसी एक करना तुसी मैं तुहानू नंबर अज जां कल नंबर इत्थे पाऊँगा 26 जनवरी दे वीडियो तुसी मैनू भेज के भी तुसी सेव डिलीट नहीं करने तुसी ये भी मेरे भरोसा रखना वह डिलीट नहीं करने असी एक सेंट्रल बैंक बनावांगे इनफॉर्मेशन दी जिते तुसी वीडियो भेजो हुण कई आ साडा मैसेज सुन के घबराऊगे भई क्यों वीडियो इकट्ठे कर रहे आ क्योंकि उहदे वीडियो विच बहुत ही एक एक स्टोरी बन जाती है भई असलीयत की सी उस वेले। सो असी कहने जिहड़ा ये वीडियो आ फिर असी कानूनी तौर पर जिदा एक जिहड़ा भाई लीगल तौर पर पैनल बनेगा असी सारा कुछ उहनूं दे देवांगे पर ये गवाईए ना तुसी ठहर लो को मेरी यही बेनती आ जे तुसी डिलीट किया ट्राई करो मुड़ के सेव करन दी कई बार तुहाडे डिलीटेड फोल्डर वो रेंदे आ फोन के उपर काफ़ी चिर तक। सो यही बेनती आ अपनी वीडियो तो अपन फोटो 26 जनवरी दियाँ डिलीट नहीं करनिया। सो जेडे हुण नवरीत वर्गा मुंडा कह लो शहीद किया गया गोली मारी गई
ਉਹਦੇ ਮਾਪਿਆਂ ਨੂੰ ਵੀ ਬਹੁਤ ਦੁੱਖ ਆ। ਬਾਬੇ ਨਾਲ ਮੇਰੀ ਗੱਲ ਹੋਈ ਸੀ ਕੱਲ੍ਹ ਉਹਦੀ ਸਵੇਰੇ, ਭਾਈ ਸਾਹਿਬ ਨਾਲ ਗੱਲ ਹੋਈ, ਉਹਦੇ ਬਾਬਾ ਜੀ ਨਾਲ ਬੜੇ ਪਰੇਸ਼ਾਨ ਸੀਗੇ ਵੀ ਸਾਡਾ ਹੱਥ ਕਿੱਦਾਂ ਕਾਨੂੰਨੀ ਤੌਰ 'ਤੇ ਬਹੁਤ ਘੱਟ ਹੀ ਫੜਿਆ ਗਿਆ। ਅਤੇ ਉਹ ਕਹਿੰਦੇ ਵੀ ਸੁਖਪਾਲ ਸਿੰਘ ਖਹਿਰ ਨੇ ਬਿਲਕੁਲ ਸਾਨੂੰ ਕੋਂਟੈਕਟ ਰੱਖਿਆ ਵੀ ਸਾਨੂੰ ਗਾਈਡੈਂਸ ਦੇ ਰਹੇ ਆ, ਅਤੇ ਹੋਰ ਵੀ ਹੁਣ ਅਸੀਂ ਜਥੇਬੰਦੀਆਂ ਹੁਣ ਸ਼ਾਇਦ ਮੋਹਰੀ ਆਊਗੀਆਂ ਵੀ ਮਦਦ ਕਰਨੀ ਆ, ਜਿਹਨੇ ਕੀਤੀ ਮਦਦ ਉਹਨਾਂ ਦੀ ਧੰਨਵਾਦ ਕਰਦੇ ਹਾਂ। ਪਰ ਉਹ ਹੀ ਮੁੜ ਕੇ ਫਿਰ ਗੱਲ ਆ ਜਾਂਦੀ ਘੜੀ ਘੜੀ, ਹੁਣ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ 200 ਕਹਿ ਲਓ ਤਕਰੀਬਨ 200 ਮੁੰਡੇ ਕੁੜੀਆਂ ਸਾਡੇ ਫੜੇ, ਕਈ ਮਿਸਿੰਗ ਆ, ਬਹੁਤ ਚਿਰ ਕੇਸ ਲੱਗੂਗੇ, ਕਈ ਵਕੀਲ ਸਾਡੇ ਹੈਗੇ ਨੌਜਵਾਨ ਕੇਸ ਲੜ ਰਹੇ ਆ, ਉਹਨਾਂ ਨੂੰ ਬਰੀ ਵੀ ਕੀਤਾ ਗਿਆ। ਅਤੇ ਸੋਰੀ ਇਹਦੇ ਵਿੱਚ ਇਹ ਵੀ ਬਹੁਤ ਖੁਸ਼ੀ ਦੀ ਗੱਲ ਆ ਵੀ ਨੌਜਵਾਨ ਵਕੀਲ ਮੋਹਰੇ ਆ ਰਹੇ ਆ, ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਉਹਨੂੰ ਨਹੀਂ ਰੈਪ੍ਰਜੈਂਟ ਕਰਨਾ, ਅਸੀਂ ਇਹਨੂੰ ਨਹੀਂ ਰੈਪ੍ਰਜੈਂਟ ਕਰਨਾ। ਸਾਰੇ ਤੁਰੇ ਸੀ ਅੰਦੋਲਨ ਲਈ, ਸਾਰਿਆਂ ਨੂੰ ਬਰਾਬਰ ਤੌਰ 'ਤੇ, ਕੋਈ ਗਰੀਬ ਹੋਵੇ, ਕੋਈ ਅਮੀਰ ਹੋਵੇ, ਕੋਈ ਹੋਰ ਜਾਤ ਪਾਤ ਹੋਵੇ, ਪਰ ਇਹਨਾਂ ਉਹਨਾਂ ਦਾ ਇੱਕ ਮਕਸਦ ਸੀਗਾ ਵੀ ਅੰਦੋਲਨ ਲਈ ਉਹ ਸਪੋਰਟ ਲਈ ਤੁਰੇ ਸੀਗੇ, ਉਹਨਾਂ ਨੂੰ ਸਪੋਰਟ ਕਰਨਾ ਸਾਡਾ ਸਾਰਿਆਂ ਦਾ ਫਰਜ਼ ਆ। ਇਹ ਕੋਈ ਪਾਰਟੀਬਾਜ਼ੀ ਨਹੀਂ ਗੀ, ਇਹ ਕਿਸੇ ਇੱਕ ਪਾਰਟੀ ਦਾ ਨਹੀਂ, ਇੱਕ ਲੀਡਰਸ਼ਿਪ ਦਾ ਨਹੀਂ ਗਾ, ਇਹ ਸਾਰੇ ਸਾਰਿਆਂ ਦਾ, ਸਾਰਿਆਂ ਦੀ ਜ਼ਿੰਮੇਵਾਰੀ ਆ। ਅਤੇ ਦੂਜੀ ਗੱਲ ਆ ਜਾਂਦੀ ਉਹਦੇ ਵਿੱਚ ਨਾਲੋਂ ਨਾਲ ਜਿਹੜੀ ਅਸੀਂ ਹੁਣ 200 ਜਿਹੜੇ ਭਾਈ ਨੌਜਵਾਨ ਸਾਡੇ ਅਤੇ ਬਜ਼ੁਰਗ ਵੀ ਜਿਹੜੇ ਜੇਲ੍ਹ 'ਚ ਵਾਲੇ ਗਏ ਆ, ਇਹਨਾਂ ਵਿੱਚ ਜਿਹੜੇ ਬਜ਼ੁਰਗ ਆ, ਮੈਨੂੰ ਪਤਾ ਹਾਲ ਤੱਕ ਬਈ ਭਾਈ ਜ਼ੋਰਾਵਰ ਸਿੰਘ ਵੀ ਮਿਸਿੰਗ ਆ, ਮੇਰੇ ਖਿਆਲ ਆਈ ਥਿੰਕ ਉਹ 80 ਕੁ ਸਾਲ ਦੇ ਆ, ਅਤੇ 84 ਮਗਰੋਂ ਵੀ ਉਹਨਾਂ ਉੱਪਰ ਬਹੁਤ ਤਸ਼ੱਦਦ ਕੀਤੇ ਗਏ ਸੀਗੇ। ਅਤੇ ਉਹ ਹੁਣ ਤੁਸੀਂ ਦੇਖੋ, ਸਾਨੂੰ ਅੱਜ ਵੀ ਮੇਰੀ ਜੋ ਗੱਲ ਹੋਈ ਸੀਗੀ ਅੱਜ ਰਾਜਵਿੰਦਰ ਸਿੰਘ ਹੁਣ ਬੈਂਸ ਹੋਣਾ ਅਤੇ ਸੁਖਪਾਲ ਸਿੰਘ ਖਹਿਰ ਹੋਣਾ ਨਾ, ਅਤੇ ਉਹਦੇ ਵਿੱਚ ਵੀ ਜਿਹੜਾ ਸਾਡਾ ਡਿਬੇਟ ਹੋਇਆ ਸੀਗਾ, ਇਹਦੇ ਵਿੱਚ ਇਹ ਗੱਲ ਚੱਲੀ ਸੀਗੀ ਭਾਈ ਹਾਲੇ ਤੱਕ ਵੀ ਥੋੜ੍ਹੇ ਕੇਸ ਹੈਗੇ ਆ ਜਿਹੜੇ ਲਾਪਤਾ, ਅਸੀਂ 2021 ਵਿੱਚ ਹਾਂ, ਹਾਲੇ ਤਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ ਵੀ ਠੀਕ ਹੈ ਚਲੋ ਕੋਈ ਨਹੀਂ ਮਗਰੋਂ ਗੱਲ ਕਰ ਲਵਾਂਗੇ ਜੇ ਲਾਪਤਾ ਆ, ਕਿੱਦਾਂ ਲਾਪਤਾ ਹੋ ਸਕਦੇ? ਦਿੱਲੀ ਦੇ ਵਿੱਚ ਦਿੱਲੀ ਦੇ ਗੱਭੇ ਪੁਲਿਸ ਨੇ ਫੜ ਕੇ ਲੈ ਗਏ ਸਾਡੇ ਬਜ਼ੁਰਗ ਸਾਡੇ ਨੌਜਵਾਨ ਤੋਂ ਮਿਸਿੰਗ ਆ 2021 ਦੇ ਵਿੱਚ, ਇਹ ਨਹੀਂ 1984 ਆ ਕੋਈ ਮੀਡੀਆ ਹੈ ਨਹੀਂਗਾ। ਜੇ ਉਹ ਹੀ ਵਿੱਚ ਆ ਜਾਂਦੀ ਗੱਲ ਵੀਡੀਓ ਦੀ ਅਤੇ ਫੋਟੋਗ੍ਰਾਫ ਦੀ, ਤੁਸੀਂ ਕੋਈ ਨਾ ਕੋਈ ਵੀਡੀਓ ਬਣਾ ਹੋਵੇਗਾ, ਕੋਈ ਫੋਟੋ ਬਣਾ ਹੋਵੇਗਾ, ਸ਼ਾਇਦ ਉਹਦੀ ਅਰੈਸਟ ਵਿੱਚ ਆਊਗੀ ਬੰਦੇ ਨੂੰ ਫੜਦਿਆਂ ਦੀ ਜਿਹੜੇ ਮੁੰਡੇ ਮਿਸਿੰਗ ਆ ਜਾਂ ਬਜ਼ੁਰਗ ਮਿਸਿੰਗ ਆ। ਪਰ ਹੈਰਾਨਗੀ ਦੀ ਗੱਲ ਆ ਵੀ ਅਸੀਂ ਇੱਥੇ ਅੱਜ ਬੈਠੇ ਹਾਂ, ਇੰਨੀ ਟੈਕਨੋਲੋਜੀ, ਇੰਨੇ ਵੱਡੇ CCTV ਲੱਗੇ ਹੋ, ਕੈਮਰੇ ਲੱਗੇ ਹੋ ਆ, ਸਾਰਿਆਂ ਕੋਲ ਹਰ ਚੀਜ਼ ਆ, ਪੁਲਿਸ ਕੋਲ ਹਰ ਤਰ੍ਹਾਂ ਦਾ ਰੈਕੋਰਡ ਆ, ਉਹ ਸਾਨੂੰ ਕਹਿ ਰਹੇ ਪੁਲਿਸ ਵਾਲੇ ਭਈ ਬੰਦੇ 14 ਮਿਸਿੰਗ ਆ, ਪਰ ਜਦੋਂ ਲੱਖਾ ਜਾਂ ਦੀਪ ਨੂੰ ਲੱਭਣਾ ਹੋਵੇ ਸਾਰੀ ਫੌਜ ਪਿੱਛੇ ਲਾ ਦਿੰਦੇ, ਸਾਰੀ ਫੋਰਸ ਇਹਨਾਂ ਦੋਵਾਂ ਲੱਭਣ ਨੂੰ, ਪਰ ਜਦੋਂ ਸਾਡੇ ਨੌਜਵਾਨ ਅਤੇ ਸਾਡੇ ਬਜ਼ੁਰਗ ਜਿਹੜੇ ਦਿੱਲੀ ਗਏ ਮਜ਼ਹਿਰੇ 'ਤੇ, ਉਹਨਾਂ ਦਾ ਕੋਈ ਦੋਸ਼ ਨਹੀਂ ਸੀਗਾ, ਬਸ ਮਜ਼ਹਿਰੇ 'ਤੇ ਗਏ, ਉਹਨੂੰ ਕਹੀ ਜਾਂਦੇ ਅਸੀਂ ਮਿਸਿੰਗ ਆ, ਉਹ ਕਹੀ ਜਾਂਦੇ ਵਾਪਸ ਹਾਂ ਮਿਸਿੰਗ ਆ, ਪਰ ਸਾਨੂੰ ਪਤਾ ਨਹੀਂ ਕਿੱਥੇ ਆ, ਲੱਭ ਲਓ ਜਾ ਕੇ। ਪਰ ਦੂਜੇ ਪਾਸੇ ਕਹਿ ਲਓ ਦੀਪ ਜਾਂ ਲੱਖੇ ਜਾਂ ਹੋਰ ਜਿਹੜੇ ਸਾਡੇ ਨੌਜਵਾਨ ਆ, ਜਿਹਨੇ ਫੋਟੋ ਲਈਆਂ, ਲਿਖਿਆ ਵਾਂਟਿਡ, ਜਲੰਧਰ ਜਾ ਕੇ, ਪੰਜਾਬ ਜਾ ਕੇ ਛਾਪੇ ਮਾਰ ਰਹੇ 3-3 ਵਜੇ ਸਵੇਰ ਨੂੰ ਤੜਕੇ ਨੂੰ, ਪਰ ਸਾਡੇ ਜਿਹੜੇ ਮਿਸਿੰਗ ਆ ਅਸੀਂ ਆਪ ਲੱਭੀਏ ਜਾ ਕੇ, ਦਿੱਲੀ ਦੇ ਗੱਭੇ ਜਾ ਕੇ ਸਾਡੇ ਨੌਜਵਾਨ ਅਤੇ ਬਜ਼ੁਰਗ ਮਿਸਿੰਗ ਹੋ ਗਏ, ਉਹਦੀ ਦੇਖਭਾਲ ਨਹੀਂ ਕਰਨੀ, ਉਹਨੂੰ ਲੱਭਣਾ ਨਹੀਂ ਗਾ, ਉਹ ਸਾਡੇ ਉਹ ਸਾਡੀ ਡਿਊਟੀ ਸਾਰੇ ਬਣ ਗਈ। ਪਰ ਜਿਹੜੇ ਵਾਂਟਿਡ ਆ, ਜਿਹਨਾਂ ਦੇ ਪੋਸਟਰ ਲਾਏ ਹੋ ਆ, ਉਹਨੂੰ ਲੱਭਣ ਲਈ ਸਾਰੀ ਪੁਲਿਸ ਲਾ ਤੀ ਪਿੱਛੇ। ਤਾਂ ਇਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਅਰੈਸਟ ਦੀ, ਆ ਪਿਛਲੇ ਹਫ਼ਤੇ ਦੀ ਗੱਲ ਆ, ਸਾਡੇ ਬਜ਼ੁਰਗ ਜਿਹੜੇ 80 ਸਾਲ ਦੇ, ਦੋ ਜਣੇ ਬਾਹਰ ਆਏ ਸੀਗੇ, ਜਿਹੜੇ ਦੱਸਿਆ ਵੀ ਸਾਨੂੰ ਫੜ ਲਿਆ, ਸਾਨੂੰ ਰੋਟੀ ਪ੍ਰਸ਼ਾਦੇ ਛੱਕ ਕੇ ਉਹਨੂੰ ਫੜ ਲਿਆ ਅਤੇ ਸਾਨੂੰ ਪੁਲਿਸ ਲੈ ਗਈ। ਇਹ ਸਾਡੇ ਬਜ਼ੁਰਗ ਆ ਜਿਹੜੇ ਭਾਈ ਫੌਜ 'ਚ ਵੀ ਰਹੇ ਆ, ਦੇਸ਼ ਲਈ ਵੀ ਲੜੇ ਆ, ਉਹਨਾਂ ਨੇ ਜਾ ਕੇ ਜੇਲ੍ਹ 'ਚ ਜਾ ਕੇ ਨੰਗੇ ਕਰਕੇ ਕੁੱਟਿਆ, ਉਹਨਾਂ ਨੂੰ ਗੰਨ ਬੰਨ ਬੋਲਿਆ,
ਉਹਨਾਂ ਦੀ ਕੀ ਗਲਤੀ ਸੀ ਤੇ ਸਾਨੂੰ ਕਹਿੰਦੇ ਨਿਸ਼ਾਨ ਸਾਹਿਬ ਲਾਤਾ ਜੀ ਉੱਪਰ ਅਸੀਂ ਮਾਫੀ ਮੰਗਦੇ ਆ ਸਾਨੂੰ ਮਾਫ ਕਰ ਦੋ ਨਿਸ਼ਾਨ ਸਾਹਿਬ ਲਾਤਾ ਪਰ ਜਦੋਂ ਸਾਡੇ ਬਜ਼ੁਰਗਾਂ ਦੇ ਉੱਪਰ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆ ਬੋਰਡਰ ਜਾ ਕੇ ਲੜੇ ਆ ਨੰਗੇ ਕਰਕੇ ਕੁੱਟੇ ਆ ਗਾਲਾਂ ਕੱਢੀਆਂ ਇਹਨੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਕੀ ਦਿਸਿਆ ਉਹਨਾਂ ਨੂੰ ਇਹ ਨਹੀਂ ਦਿਸਿਆ ਭਈ ਇਹ ਸਾਡੇ ਇਹ ਫੌਜੀ ਆ ਇਹ ਜਾ ਕੇ ਲੜਿਆ ਉਹਨਾਂ ਨੂੰ ਸਿੱਖ ਦਿਸੇ ਆ ਉਹਨਾਂ ਨੂੰ ਸਿੱਖ ਦਿਸੇ ਆ ਪੱਗਾਂ ਦਾੜੀਆਂ ਬਜ਼ੁਰਗ ਅਤੇ ਅਸੀਂ ਦੂਜੇ ਪਾਸੇ ਕਹੀ ਜਾਂਦੇ ਨਹੀਂ ਨਹੀਂ ਕੁਛ ਨਹੀਂ ਨਹੀਂ ਅਸੀਂ ਬਹੁਤ ਮਾਫ਼ ਕਰ ਦਿਓ ਸਾਨੂੰ ਜੋ ਹੋਇਆ ਇੱਦਾਂ ਕੀ ਹਾਂਜੀ ਬੱਚੋ ਇੰਟਰਨੈਟ ਮੜ੍ਹ ਜਿਹਾ ਚੱਲ ਗਿਆ ਸੀਗਾ ਪਰ ਸਾਨੂੰ ਇੱਦਾਂ ਉਹ ਬਜ਼ੁਰਗਾਂ ਨੂੰ ਬਜ਼ੁਰਗਾਂ ਦੀ ਦੇਖੋ ਕੋਈ ਰਿਸਪੈਕਟ ਨਹੀਂ ਕੀਤੀ ਕੋਈ ਇੱਜ਼ਤ ਨਹੀਂ ਕੀਤੀ ਤਾਂ ਅਸੀਂ ਡਰਦੇ ਹਾਂ ਵੀ ਅਸੀਂ ਨਿਸ਼ਾਨ ਸਾਹਿਬ ਦਾ ਕੋਈ ਲਾ ਦਿੱਤਾ ਅਤੇ ਕੋਈ ਧਾਰਮਿਕ ਇਸ਼ੂ ਬਣ ਗਿਆ ਉਹਨੂੰ ਦਿਸਦੇ ਹੀ ਅਸੀਂ ਸਿੱਖ ਪਹਿਲਾਂ ਸਿੱਖ ਦਿਸਦੇ ਉਹਨਾਂ ਨੂੰ ਬਾਕੀ ਜੋ ਮਰਜ਼ੀ ਤੁਸੀਂ ਕਰ ਲਓ ਕੋਈ ਰਿਸਪੈਕਟ ਨਹੀਂ ਜੇ ਸਾਡੇ ਬਜ਼ੁਰਗਾਂ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਨੰਗੇ ਕਰਕੇ ਕੁੱਟਿਆ ਅਸੀਂ ਤਾਂ ਵੀ ਕਹੀ ਜਾਂਦੇ ਹਾਂ ਨਹੀਂ ਨਹੀਂ ਸਾਨੂੰ ਮਾਫ਼ ਕਰ ਦਿਓ ਸਾਨੂੰ ਮਾਫ਼ ਕਰ ਦਿਓ ਕਿਹੜੀ ਚੀਜ਼ ਦੀ ਅਸੀਂ ਮਾਫ਼ੀ ਮੰਗੀ ਜਾਂਦੇ ਹਾਂ ਕੋਈ ਜ਼ਮੀਰ ਹੁੰਦੀ ਆ ਕਿਸੇ ਦੀ ਨਾ ਸਾਡੀ ਜ਼ਮੀਰ ਕਿੱਥੇ ਗਈ ਆ ਸਾਡੇ ਬਜ਼ੁਰਗਾਂ ਨੂੰ ਨੰਗੇ 84 ਮਗਰੋਂ ਪਿੰਡਾਂ ਜਾ ਕੇ ਦੇਖੋ ਮਾਝੇ ਵੱਲ ਜਾ ਕੇ ਦੇਖੋ ਪਿੰਡਾਂ ਪੰਜਾਬ ਜਾ ਕੇ ਦੇਖੋ ਸਾਡੇ ਮੁੰਡਿਆਂ ਦੇ ਮਾਪਿਆਂ ਨੂੰ ਨੰਗੇ ਕਰਕੇ ਕੁੱਟਿਆ ਸਾਡੇ ਕੋਲ ਹੈਗੀਆਂ ਟੈਸਟਮੈਂਟ ਇੱਥੇ ਜਿਹੜੀਆਂ ਸਾਡੀਆਂ ਮਾਤਾ ਜੀ ਆ ਜੇ ਸ਼ਹੀਦ ਪਰਿਵਾਰਾਂ ਦੇ ਆ ਉਹਨਾਂ ਨੂੰ ਪੁੱਛੋ ਜਦੋਂ ਉਹਨਾਂ ਦੇ ਮੁੰਡਿਆਂ ਦੀ ਪੁੱਛਗਿੱਛ ਹੁੰਦੀ ਸੀ ਆ ਕੇ ਤੁਹਾਡੇ ਮੁੰਡੇ ਕਿੱਥੇ ਆ ਉਹਨਾਂ ਨੂੰ ਵੀ ਨੰਗਾ ਕੀਤਾ ਗਿਆ ਸਾਡੀ ਤਾਂ ਅਸੀਂ ਘੜੀ ਘੜੀ ਬਸ ਮਾਫ਼ੀ ਮੰਗਣ ਵਾਲੇ ਰਹਿ ਗਏ ਕਿੱਥੇ ਕਿੱਥੇ ਗਏ ਕਿੱਥੋਂ ਆ ਗਏ ਪਤਾ ਨਹੀਂ ਮੈਨੂੰ ਅਸੀਂ ਬਸ ਕਿਹੜੀ ਚੀਜ਼ ਦੀ ਮਾਫ਼ੀ ਘੜੀ ਘੜੀ ਮੰਗੀ ਜਾਂਦੇ ਇੱਕ ਪਾਸਿਓਂ ਸਾਡੇ ਪਰਿਵਾਰ ਦੇ ਹਮਲੇ ਦੂਜੇ ਪਾਸੇ ਦੀ ਮਾਫ਼ੀ ਮੰਗੀ ਜਾਣੀ ਬੜਾ ਗੁੱਸਾ ਆਉਂਦਾ ਜਿਹੜੇ ਬੰਦਿਆਂ ਕੋਈ ਗਲਤ ਕੰਮ ਕੀਤਾ ਹੋਵੇ ਉਹ ਮਾਫ਼ੀ ਮੰਗਦੇ ਘੜੀ ਘੜੀ ਉਹ ਬਜ਼ੁਰਗਾਂ ਨੇ ਕੁਛ ਕੀਤਾ ਨਹੀਂ ਗਲਤ ਪੁੱਛਦਾ ਜਾ ਕੇ ਬਜ਼ੁਰਗਾਂ ਨੇ ਲੰਗਰ ਛੱਕ ਦੇ ਚੱਕ ਕੇ ਲੈ ਗਏ ਉੱਥੇ ਜੇਲ੍ਹ ਦੇ ਵਿੱਚ ਕੁੱਟ ਕੇ ਤਸ਼ੱਦਦ ਕਰਕੇ ਮਾੜੇ ਲਫ਼ਜ਼ ਬੋਲ ਕੇ ਉਹਨੂੰ ਬੰਦ ਕੀਤਾ ਗਿਆ ਸੋ ਸਾਨੂੰ ਇਹੀ ਬੇਨਤੀ ਆ ਵੀ ਜਿਹੜੇ ਭਾਈ ਕਿਸਾਨ ਲੀਡਰਸ਼ਿਪ ਆ ਜੋ ਜਸਟਿਸ ਜਿਹੜੇ ਭਾਈ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਹੋਣਾ ਨੇ ਸਲਾਹ ਦਿੱਤੀ ਆ ਭਾਈ ਜਿਹੜਾ ਇੱਕ ਰਿਟਾਇਰਡ ਇੰਡੀਪੈਂਡੈਂਟ ਜੱਜ ਜਿਹੜਾ ਭਾਈ ਕਿਸੇ ਨਾਲ ਸੰਬੰਧ ਨਾ ਹੋਵੇ ਪਾਰਟੀਬਾਜ਼ੀ ਦੇ ਨਾਲ ਜਾਂ ਗਰੁੱਪ ਦੇ ਨਾਲ ਦੋ ਤਿੰਨ ਵਕੀਲ ਹੋਣ ਫੁੱਲ ਇਨਵੈਸਟੀਗੇਸ਼ਨ ਕੀਤੀ ਜਾਵੇ ਅਤੇ 26 ਜਨਵਰੀ ਨੂੰ ਕੀ ਹੋਇਆ ਅਤੇ ਨਾਲੋ ਨਾਲ ਇਹਦੇ ਵਿੱਚ ਜਿਹੜੇ ਭਾਈ ਜਿਹੜੇ ਗਵਾਹ ਆ ਉਸ ਵੇਲੇ ਉਹਨਾਂ ਦੀ ਸਟੇਟਮੈਂਟਾਂ ਸਾਰਿਆਂ ਦੀਆਂ 1000 ਹੋਣ 2000 ਹੋਣ 20000 ਹੋਣ 25000 ਜਿਹੜੀ ਮਰਜ਼ੀ ਸਟੇਟਮੈਂਟਾਂ ਹੋਣ ਉਹ ਰਿਕਾਰਡ ਕੀਤੀਆਂ ਜਾਣ ਉਹ ਬਹੁਤ ਜ਼ਰੂਰੀ ਆ ਸਾਡੇ ਵੱਲੋਂ ਜੋ ਮਦਦ ਚਾਹੀਦੀ ਅਸੀਂ ਕਰਾਂਗੇ ਇਹ ਬਹੁਤ ਜ਼ਰੂਰੀ ਆ ਵੀ ਅਸੀਂ ਇਹ ਇਨਫੋਰਮੇਸ਼ਨ ਜਿਹੜੇ ਗਵਾਹ ਆ ਰਿਸਪੈਕਟ ਕਰੀਏ ਰਿਕਾਰਡ ਕਰੀਏ ਸੋ ਤੁਹਾਡਾ ਬਹੁਤ ਧੰਨਵਾਦ ਗੱਲਾਂ ਤਾਂ ਬਹੁਤ ਪਈਆਂ ਪਰ ਮੇਰਾ ਆਖਰੀ ਮੈਸੇਜ ਇਹੀ ਆ ਜਿਹੜਾ ਮੈਂ ਪਹਿਲਾਂ ਕਿਹਾ ਸੀ ਜਿੰਨੇ ਮਰਜ਼ੀ ਕਿਸੇ ਨਾਲ ਸਾਡੇ ਡਿਫਰੈਂਸ ਹੋਣ ਅੰਦੋਲਨ ਨੂੰ ਸਪੋਰਟ ਕਰੋ ਪੰਜਾਬ ਤੋਂ ਜਿੱਥੋਂ ਮਰਜ਼ੀ ਇਹ ਟਰੋਲੀਆਂ ਭਰ ਭਰ ਕੇ ਲੈ ਕੇ ਜਾਓ ਇਹ ਅੰਦੋਲਨ ਚੜ੍ਹਦੀ ਕਲਾ ਰਹੇ ਮੈਨੂੰ ਇਹ ਵੀ ਪਤਾ ਆ ਬਈ ਸਾਡੇ ਖਿਲਾਫ਼ ਵੀ ਗੱਲਾਂ ਕੀਤੀਆਂ ਜਾਂਦੀਆਂ ਵੀ ਰਵੀ ਸਿੰਘ ਗਦਾਰ ਆ ਕਿਉਂਕਿ ਮੈਂ ਕਹਿੰਦਾ ਵੀ ਨੌਜਵਾਨਾਂ ਨੂੰ ਨਾਲ ਰੱਖੋ ਮੇਰੇ ਸਾਰੇ ਵੀਡੀਓ ਇਹੀ ਆ ਬਈ ਨੌਜਵਾਨ ਅਤੇ ਸਾਡੀ ਲੀਡਰਸ਼ਿਪ ਜਿੱਥੇ ਮਰਜ਼ੀ ਹੋ ਜਾਵੇ ਯੂਨੀਅਨ ਲੀਡਰਸ਼ਿਪ ਹੋਵੇ ਜਾਂ ਸਾਡੀ ਪੰਥਕ ਲੀਡਰਸ਼ਿਪ ਹੋਵੇ ਜਿਹੜੀ ਮਰਜ਼ੀ ਲੀਡਰਸ਼ਿਪ ਹੋਵੇ ਉਹ ਜ਼ਰੂਰ ਨੌਜਵਾਨ ਨੂੰ ਨਾਲ ਰੱਖਣ ਕਿਉਂਕਿ ਉਹ ਗਾਈਡੈਂਸ ਦੇ ਸਕਦੇ ਉਹਨਾਂ ਨੂੰ ਦਿਖਾ ਸਕਦੇ ਰਸਤਾ ਸਲਾਹ ਦੇ ਸਕਦੇ ਸ਼ਾਇਦ ਕੋਈ ਬੈਠ ਕੇ ਗੱਲ ਕਰੇ ਕਿਸੇ ਨਾਲ ਨੌਜਵਾਨ ਨਾਲ ਭਾਈ ਤੂੰ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਉਹ ਸ਼ਾਇਦ ਨਾ ਕੁਛ ਕਰਨ ਅਤੇ ਦੂਜੇ ਪਾਸੇ ਨਾ ਜਾਣ ਕਿਉਂਕਿ ਉਹ ਬਜ਼ੁਰਗਾਂ ਦੀ ਸਲਾਹ ਲੈਣ
जो ये ठोकर मार गई आ फिर बंदे फिर ठोकर जो लगती आ फिर नहीं रेंदे नाल कहते जो मर्जी करिए क्योंकि हूँ तो सालों पहला ठोकर मार दिती आ। सो तुहाडा बहुत धन्यवाद। मैं जस्टिस राजविंद सिंह बैंस हुणां दा, सुखपाल सिंह खहिरा दा पई, मनविंदर सिंह हुणां दा पई बहुत धन्यवादी हाँ डिस्कशन का। उन्होंने पेज पर जो सुखपाल सिंह खहिरा ते होया सी अज जस्टिस जिहड़े सॉरी मैं जस्टिस कही जांदा एडवोकेट बैंस हुणी सलाह बहुत चंगी आ। मैं ही मेरी साडी आस आ भी सलाह किसान लीडरशिप इन्हों की लूगी। तो रिटायर्ड जज इंडिपेंडेंट इनकुआरी 26 नूं की होया फुल इनकुआरी इंडिपेंडेंट ते नालों नाल जिहड़े पे गवाह सीगे उन्हां दी विटनेस स्टेटमेंट रिकॉर्ड की जाऊगी। सो चढ़दी कलां च रहो, एक दूजी लत्तां खिचनियां बंद करो। नौजवान तो जिहड़ी भी जिथे भी माड़ी लीडरशिप होवे कट्ठे रहन, गलबात करन, कम्यूनीकेशन दीआं लाइनां खुल्लियां होण हर वारी। तो जो भी विच साडे विच फुट पा रहे आ तुसीं उन्हां दे शिकार ना होवो, क्योंकि जिन्हें फुट पाना आ उन्हें अंदोलन तो अंदोलन तोड़ना आ तो उन्होंने कामयाब होना जो फुट पै गई। तो यूनिटी इकट्ठ एक जरा सा इकट्ठ आ एक बहुत ताकत आ इकट्ठ दे विच। यह नहीं भाई अज मैं गलती कर दी, मैं कल नहीं कह सकता ठीक है मैं गलती करती। साड़ी आदत यही आ पर्सनली, असं अपने कुछ नहीं समझते। जो गलत काम करते हैं जब मिसटेक कोई गलती करते हैं असं पहला कहने असी गलती की आ, दसो असी किदां ठीक कर सकते हैं। कोई इन्ना बड़ा इंसान नहीं गा जिहड़ा कोई गलती नहीं करता, कोई इन्ना बड़ा लीडर नहीं गा जिहड़ा गलती नहीं करता। तो सारे तो जो एक बहुत जरूरी चीज़ आ, संगत तो बड़ा कोई नहीं गा, संगत तो बड़ा कोई नहीं गा। सारे इस लैवल ते आ, संगत इत्थे आ। सो तुहाडा बहुत धन्यवाद ते फिर असीं गलबात करांगे थोड़े चिर नूं। वाहिगुरू जी का खालसा, वाहिगुरू जी की फतेह।